ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪੰਜਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਬਾਣੀ ਬਾਰੇ, ਭਾਵ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਬਾਰੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਸੁਖਮਨੀ ਸਾਹਿਬ ਜੀ ਦੇ ਪਾਠ ਦੀ, ਇੱਕ ਅਸ਼ਟਪਦੀ ਦਾ ਪਾਠ ਜੇਕਰ ਕੋਈ ਮਨੁੱਖ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਲਵੇ, ਸਵੇਰ ਵੇਲੇ, ਦੁਪਹਿਰ ਵੇਲੇ, ਸ਼ਾਮ ਵੇਲੇ ਜਾਂ ਰਾਤ ਵੇਲੇ, ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਲਵੇ ਤਾਂ ਉਹਦਾ ਭਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੇ ਵਿਸ਼ੇ ਦੇ ਉੱਤੇ ਗੱਲ ਕਰਨੀ ਆ, ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ, ਇਹ ਵਿਚਾਰ ਕੁਝ ਗੁਰਮੁਖਾਂ ਪਾਸੋਂ, ਮਹਾਂਪੁਰਖਾਂ ਪਾਸੋਂ ਸੁਣੇ ਹਨ ਜੋ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਇਸ ਪਾਵਨ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਨਾਮ ਦੀ ਮਹਿਮਾ ਦੱਸੀ ਆ, ਨਾਮ ਜਪਣ ਵਾਲੇ ਸਾਧੂ ਸੰਤ ਜਨਾਂ ਦੀ ਵਡਿਆਈ ਆ। ਇਸ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਨਾਮ ਜਪਣ ਦੀ ਜੁਗਤ ਵੀ ਸਾਨੂੰ ਬਖਸ਼ਿਸ਼ ਕੀਤੀ ਆ। ਪਹਿਲਾਂ ਨਾਮ ਦੀ ਮਹਿਮਾ ਦੱਸੀ, ਫਿਰ ਨਾਮ ਜਪਣ ਦੇ ਨਾਲ ਕੀ ਕੁਝ ਹੁੰਦਾ ਹੈ, ਨਾਮ ਜਪਣ ਦੇ ਕੀ ਲਾਭ ਨੇ ਇਹ ਦੱਸਿਆ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਨਾਮ ਜਪਣਾ ਵੀ ਸਿਖਾ ਦਿੱਤਾ ਕਿ ਆਪਾਂ ਨਾਮ ਜਪਣਾ ਕਹਿੰਦੇ ਆ। ਇਸ ਸੰਸਾਰ ਦੇ ਵਿੱਚ ਰਹਿੰਦੇ ਹਾਂ, ਗ੍ਰਹਿਸਥ ਜੀਵਨ ਦੇ ਵਿੱਚ ਵਿਚਰਦੇ ਹਾਂ, ਆਪਾਂ ਭਗਤੀ ਕਿੰਝ ਕਰ ਸਕਦੇ ਹਾਂ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ 24 ਅਸ਼ਟਪਦੀਆਂ ਨੇ। ਨਾਮ ਜਪਣ ਵਾਲੇ ਗੁਰਮੁਖਾਂ ਵਿਦਵਾਨਾਂ ਦੀ ਇਹ ਵਿਚਾਰ ਆ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ 24,000 ਅੱਖਰ ਨੇ ਅਤੇ ਹਰ ਇੱਕ ਬੰਦਾ ਦਿਨ ਰਾਤ, ਭਾਵ ਕਿ 24 ਘੰਟਿਆਂ ਦੇ ਵਿੱਚ 24,000 ਸਵਾਸ ਲੈਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜੇਕਰ ਕੋਈ ਮਨੁੱਖ ਇਸ ਬਾਣੀ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਸੁਰਤ ਟਿਕਾ ਕੇ ਦਿਨ ਦੇ ਵਿੱਚ ਇੱਕ ਵਾਰ ਪੜ੍ਹ ਲਵੇ, ਭਾਵ ਕਿ 24 ਘੰਟਿਆਂ ਦੇ ਵਿੱਚ ਜੇਕਰ ਕੋਈ ਮਨੁੱਖ ਰੋਜ਼ਾਨਾ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਵੇ ਤਾਂ ਉਹਦੇ 24 ਘੰਟਿਆਂ ਦੇ ਸਵਾਸ ਸਫਲ ਹੁੰਦੇ ਨੇ। ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਨੇ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਦੇ ਵਿੱਚੋਂ ਇੱਕ ਹੀ ਰਹਾਉ ਦੀ ਪੰਕਤੀ ਬਖਸ਼ਿਸ਼ ਕੀਤੀ ਆ। ਉਹ ਪੰਕਤੀ ਆ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਬਾਣੀ ਨੂੰ ਸੁਖਮਣੀ ਨਾਮ ਦਿੱਤਾ, ਸੁੱਖਾਂ ਦੀ ਮਣੀ, ਸੁੱਖ ਦੇਣ ਵਾਲੀ ਬਾਣੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਿ ਭਾਈ ਜਦੋਂ ਕੋਈ ਮਨੁੱਖ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਦਾ ਸਿਮਰਨ ਕਰਦਾ ਹੈ ਤਾਂ ਉਸ ਮਨੁੱਖ ਦੇ ਅੰਦਰ ਵਿਕਾਰਾਂ ਦੀ ਜ਼ਹਿਰ ਬਣਨੀ ਬੰਦ ਹੋ ਜਾਂਦੀ ਆ। ਕਿਉਂਕਿ ਇਹ ਜਿਹੜੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਦੋਂ ਇਹ ਹੱਦ ਤੋਂ ਵੱਧ ਜਾਂਦੇ ਨੇ ਨਾ, ਤਾਂ ਫਿਰ ਸਾਡੀ ਜ਼ਿੰਦਗੀ ਨੂੰ ਜ਼ਹਿਰ ਬਣਾ ਦਿੰਦੇ ਨੇ। ਕੋਈ ਵੀ ਇਨਸਾਨ ਆ ਉਹ ਦੋ ਚੀਜ਼ਾਂ ਕਰਕੇ ਦੁਖੀ ਰਹਿੰਦਾ ਹੈ, ਆਪਣੇ ਮਨ ਕਰਕੇ ਜਾਂ ਆਪਣੇ ਤਨ ਕਰਕੇ। ਮਨ ਕਰਕੇ ਦੁਖੀ ਤਾਂ ਹੁੰਦਾ ਹੈ ਜਦੋਂ ਉਹਦੇ ਮਨ ਦੇ ਵਿੱਚ ਕੋਈ ਵੱਡਾ ਦੁੱਖ ਹੋਵੇ, ਕੋਈ ਚਿੰਤਾ ਹੋਵੇ, ਅਤੇ ਤਨ ਕਰਕੇ ਦੁਖੀ ਉਦੋਂ ਹੁੰਦਾ ਹੈ ਜਦੋਂ ਤਨ ਨੂੰ ਕੋਈ ਦੁੱਖ ਰੋਗ ਹੋਵੇ। ਇੱਥੇ ਮੇਰੇ ਪੰਜਵੇਂ ਪਾਤਸ਼ਾਹ ਨੇ ਸਾਡੇ ਤਨ ਮਨ ਦੇ ਦੁੱਖਾਂ ਦੇ ਅੰਤ ਦਾ ਹੱਲ ਦੱਸ ਦਿੱਤਾ ਵੀ ਤੇਰੇ ਇਹਨਾਂ ਦੁੱਖਾਂ ਦਾ ਹੱਲ ਕੀ ਆ, ਇਹਨਾਂ ਦੁੱਖਾਂ ਦਾ ਅੰਤ ਕਿਵੇਂ ਹੋਵੇਗਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦੀ ਪਹਿਲੀ
ਪੰਕਤੀ ਦੇ ਵਿੱਚ ਹੀ ਸਮਝਾ ਦਿੱਤਾ ਕਿ ਸਿਮਰੋ ਸਿਮਰ ਸਿਮਰ ਸੁਖ ਪਾਓ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਿ ਇਹ ਤਨ ਮਨ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਸੁਖੀ ਹੋਣਗੇ। ਨਾਮ ਜਪਣ ਵਾਲਾ ਬੰਦਾ ਵਿਕਾਰਾਂ ਦੀ ਜ਼ਹਿਰ ਤੋਂ ਬਚ ਜਾਂਦਾ ਹੈ। ਉਸ ਬੰਦੇ ਦੇ ਅਧਿਆਤਮਕ ਜੀਵਨ ਦੇ ਵਿੱਚ ਤਰੱਕੀ ਹੁੰਦੀ ਰਹਿੰਦੀ ਆ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਜਪਣਾ ਦੱਸਿਆ ਹੈ। ਇਸ ਬਾਣੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਜਪਣ ਨੂੰ ਵੀ ਕਿਹਾ ਹੈ ਅਤੇ ਨਾਮ ਜਪਣ ਦੇ ਲਾਭ ਅਤੇ ਨਾਮ ਜਪਣਾ ਵੀ ਸਿਖਾਇਆ ਹੈ ਕਿ ਨਾਮ ਜਪਣਾ ਕਿੰਝ ਆ। ਸਭ ਤੋਂ ਪਹਿਲਾਂ ਸਟੈਪ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ। ਇਸ਼ਨਾਨ ਕਰਦਿਆਂ ਕਰਦਿਆਂ ਵੀ ਨਾਲ ਕੀ ਜਪਣਾ ਹੈ? ਸਤਨਾਮ ਵਾਹਿਗੁਰੂ। ਇਸ਼ਨਾਨ ਕਰਨ ਦੇ ਨਾਲ ਸਾਡਾ ਤਨ ਤੰਦਰੁਸਤ ਰਹੇਗਾ। ਕੋਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦੇਵੇ, ਉਹਦਾ ਤਨ ਮਨ ਦੋਵੇਂ ਹੀ ਤੰਦਰੁਸਤ ਨਰੋਏ ਹੁੰਦੇ ਨੇ। ਇਸ ਕਰਕੇ ਸਵੇਰੇ ਉੱਠਦਿਆਂ ਸਾਰ ਜਦੋਂ ਅੱਖ ਖੁੱਲ੍ਹਦੀ ਆ, ਬਿਸਤਰ 'ਤੇ ਬੈਠਿਆਂ ਬੈਠਿਆਂ ਹੀ ਸਭ ਤੋਂ ਪਹਿਲਾਂ ਸਾਡੇ ਮੁੱਖ ਵਿੱਚੋਂ ਨਿਕਲੇ ਸਤਨਾਮ ਵਾਹਿਗੁਰੂ। ਫਿਰ ਇਸ਼ਨਾਨ ਕਰਦਿਆਂ ਹੋਇਆਂ ਵੀ ਨਾਮ ਜਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ। ਜਦੋਂ ਆਪਾਂ ਰੱਬ ਨੂੰ ਆਪਣਾ ਸਮਝ ਕੇ ਉਹਦਾ ਨਾਮ ਜਪਾਂਗੇ ਤਾਂ ਫਿਰ ਸਭ ਕੁਝ ਮਿਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਕੋਈ ਵੀ ਸਹਾਈ ਨਹੀਂ ਨਾ ਹੁੰਦਾ, ਉੱਥੇ ਵੀ ਨਾਮ ਸਹਾਈ ਹੁੰਦਾ ਹੈ। ਇਸ ਕਰਕੇ ਨਾਮ ਜਪਣਾ ਬਹੁਤ ਜ਼ਰੂਰੀ ਆ। ਆਪਾਂ ਦੁਨਿਆਵੀ ਕੰਮ ਧੰਦੇ ਕਰਦੇ ਹਾਂ, ਦੁਨਿਆਵੀ ਕਮਾਈ ਇਕੱਠੀ ਕਰਦੇ ਹਾਂ, ਚੰਗੀ ਗੱਲ ਆ, ਕਰਨੀ ਚਾਹੀਦੀ ਆ, ਕਿਉਂਕਿ ਇਸ ਕਮਾਈ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਆ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਕਮਾਈ ਕਰਨ ਤੋਂ ਰੋਕਿਆ ਨਹੀਂ ਆ। ਜੋ ਜੋ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਨੇ ਉਹਨਾਂ ਨੂੰ ਨਿਭਾਉਣ ਦੇ ਲਈ ਸਾਨੂੰ ਧਨ ਦੀ ਵੀ ਲੋੜ ਪੈਂਦੀ ਆ। ਸਾਡੀਆਂ ਕੁਝ ਲੋੜਾਂ ਜ਼ਰੂਰਤਾਂ ਨੇ, ਜਿੱਥੇ ਧਨ ਕੰਮ ਆਵੇਗਾ, ਧਨ ਕਮਾਉਣਾ ਹੈ। ਪਰ ਧਨ ਦੀ ਕਮਾਈ ਦੇ ਨਾਲ ਨਾਲ ਨਾਮ ਦੀ ਕਮਾਈ ਵੀ ਕਰਨੀ ਆ, ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਜਿੱਥੇ ਇਹ ਧਨ ਦੌਲਤ ਕੁਝ ਵੀ ਕੰਮ ਨਹੀਂ ਕਰਦੇ। ਵੈਸੇ ਤਾਂ ਬੰਦੇ ਨੂੰ ਲੱਗਦਾ ਹੈ ਕਿ ਮੇਰੇ ਲਈ ਦੋ ਚੀਜ਼ਾਂ ਜ਼ਰੂਰੀ ਨੇ, ਇੱਕ ਤਾਂ ਪੈਸਾ, ਦੂਸਰਾ ਲੋਕ। ਸਾਨੂੰ ਲੱਗਦਾ ਨਾ ਵੀ ਜੇ ਕਿਤੇ ਮੈਂ ਕਿਸੇ ਔਖੀ ਘੜੀ ਦੇ ਵਿੱਚ ਫਸ ਗਿਆ, ਮੇਰੇ ਉੱਤੇ ਕੋਈ ਮੁਸੀਬਤ ਪੈ ਗਈ ਤਾਂ ਮੇਰੇ ਪੈਸਾ ਕੰਮ ਆਵੇਗਾ ਜਾਂ ਮੇਰੇ ਕਮਾਏ ਹੋਏ ਲੋਕ ਕੰਮ ਆਉਣਗੇ। ਪਰ ਜ਼ਿੰਦਗੀ ਦੇ ਵਿੱਚ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਨੇ ਜਿੱਥੇ ਨਾ ਤਾਂ ਪੈਸਾ ਕੰਮ ਆਉਂਦਾ ਹੈ ਨਾ ਹੀ ਲੋਕ ਕੰਮ ਆਉਂਦੇ ਨੇ, ਉੱਥੇ ਕੰਮ ਆਉਂਦਾ ਹੈ ਨਾਮ। ਤਾਂ ਨਾਮ ਦੀ ਕਮਾਈ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਆ। ਨਾਮ ਦੀ ਕਮਾਈ ਕਰਨੀ ਤਾਂ ਜ਼ਰੂਰੀ ਆ, ਪਰ ਇਹ ਕਮਾਈ ਕਰਨੀ ਸਾਨੂੰ ਬਹੁਤ ਔਖੀ ਲੱਗਦੀ ਆ। ਦੁਨਿਆਵੀ ਧਨ ਦੌਲਤ ਕਮਾਉਣ ਦੇ ਲਈ ਅਸੀਂ ਘੰਟਿਆਂ ਬੱਧੀ ਬੈਠ ਸਕਦੇ ਹਾਂ, ਪਰ ਨਾਮ ਜਪਣ ਦੇ ਲਈ ਬੈਠਣਾ ਸਾਨੂੰ ਬਹੁਤ ਔਖਾ ਲੱਗਦਾ ਹੈ। ਹੁਣ ਜੋ ਭੈਣ ਭਰਾ ਕਿਰਤ ਕਮਾਈ ਕਰਦੇ ਨੇ, ਸਭ ਨੂੰ ਪਤਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੱਦਾਂ ਹੱਡ ਤੋੜਵੀਂ ਮਿਹਨਤ ਕਰਦੇ ਨੇ, ਪਰ ਉਹ ਥੱਕਦੇ ਨਹੀਂ। ਉਹਨਾਂ ਨੂੰ ਪਤਾ ਹੈ ਕਿ ਇਹ ਕੰਮ ਕਰਕੇ ਮੈਨੂੰ ਪੈਸਾ ਮਿਲਣਾ ਹੈ। ਹੁਣ ਕੱਪੜੇ ਸਿਲਾਈ ਕਰਨ ਵਾਲੀਆਂ ਬੀਬੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਥਾਂ 'ਤੇ ਬੈਠ ਕੇ ਕੱਪੜੇ ਸਿਲਾਈ ਕਰਦੀਆਂ ਨੇ। ਕੁਝ ਭੈਣ ਭਰਾ ਜਿਨ੍ਹਾਂ ਦੀ ਦਫ਼ਤਰਾਂ ਦੇ ਵਿੱਚ ਡਿਊਟੀ ਆ, ਬੈਂਕ ਦੇ ਵਿੱਚ ਲਾ ਲਓ, ਸਕੂਲ ਦੇ ਵਿੱਚ ਅਧਿਆਪਕ ਲਗਾ ਲਓ, ਕਈ ਐਸੀਆਂ ਡਿਊਟੀਆਂ ਨੇ ਜੋ ਸਾਰਾ ਸਾਰਾ ਦਿਨ ਬੈਠ ਕੇ ਨਿਭਾਈਆਂ ਜਾਂਦੀਆਂ ਨੇ, ਤਾਂ ਉੱਥੇ ਬੰਦਾ ਬੜੇ ਆਰਾਮ ਦੇ ਨਾਲ ਬੈਠਾ ਰਹਿੰਦਾ ਹੈ, ਉਹਨੂੰ ਔਖਾ ਨਹੀਂ ਲੱਗਦਾ। ਪਰ ਨਾਮ ਜਪਣ ਦੇ ਲਈ ਬੈਠਣਾ ਪਵੇ ਤਾਂ ਆਪਾਂ ਵਾਰ ਵਾਰ ਘੜੀ ਦੇਖਦੇ ਹਾਂ, ਟਾਈਮ ਦੇਖਦੇ ਹਾਂ ਵੀ ਕਿੰਨਾ ਟਾਈਮ ਹੋ ਗਿਆ। 5, 10, 15 ਮਿੰਟ ਬਹਿਣਾ ਵੀ ਸਾਡੇ ਲਈ ਔਖਾ ਹੋ ਜਾਂਦਾ ਹੈ, ਅਤੇ ਜੇਕਰ 2-2.5 ਘੰਟੇ ਬੈਠਣੇ ਪੈਣ ਫਿਰ ਤਾਂ ਸਾਨੂੰ ਬਹੁਤ ਔਖੇ ਲੱਗਦੇ ਨੇ। ਇੱਥੇ ਕਬੀਰ ਜੀ ਦੀ ਇੱਕ ਸਾਖੀ ਯਾਦ ਆ ਗਈ, ਸਾਖੀ ਨੂੰ ਆਪਾਂ ਸ਼ੋਰਟ ਦੇ ਵਿੱਚ ਸੁਣਾਵਾਂਗੇ। ਕਹਿੰਦੇ ਕਬੀਰ ਜੀ ਇੱਕ ਵਾਰ ਬੈਠੇ ਸਨ, ਕੁਝ ਸੰਗਤਾਂ
ਉਹਨਾਂ ਦੇ ਕੋਲ ਆਈਆਂ ਦਰਸ਼ਨ ਕਰਨ ਦੇ ਲਈ। ਕਬੀਰ ਜੀ ਉਹ ਸੰਗਤਾਂ ਦੇ ਨਾਲ ਨਾਮ ਬਾਰੇ ਚਰਚਾ ਕਰ ਰਹੇ ਸਨ, ਤਾਂ ਚਰਚਾ ਕਰਦਿਆਂ ਕਰਦਿਆਂ ਉਹਨਾਂ ਦਾ ਧਿਆਨ ਬਾਹਰ ਤੇ ਪਿਆ, ਜਿੱਥੇ ਕਿ ਤੇਜ਼ ਧੁੱਪ ਦੇ ਵਿੱਚ ਕੁਝ ਮਜ਼ਦੂਰ ਪੱਥਰ ਨੂੰ ਕੱਟ ਰਹੇ ਸਨ। ਕਹਿੰਦੇ ਗਰਮੀ ਦਾ ਦਿਨ ਸੀ, ਬਹੁਤ ਤੇਜ਼ ਧੁੱਪ ਸੀ, ਦੁਪਹਿਰ ਲੱਗੀ ਹੋਈ ਸੀ। ਕਹਿੰਦੇ ਕਬੀਰ ਜੀ ਨੂੰ ਉਹ ਮਜ਼ਦੂਰਾਂ ਵੱਲ ਦੇਖ ਕੇ ਬੜਾ ਤਰਸ ਆਇਆ ਵੀ ਕਿੰਨੀ ਤਪਦੀ ਧੁੱਪ ਦੇ ਵਿੱਚ ਮਿਹਨਤ ਕਰ ਰਹੇ ਨੇ। ਕਹਿੰਦੇ ਕਬੀਰ ਜੀ ਨੇ ਉਹਨਾਂ ਮਜ਼ਦੂਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਤੁਸੀਂ ਇੰਨੀ ਧੁੱਪ ਦੇ ਵਿੱਚ ਕੰਮ ਕਿਉਂ ਕਰ ਰਹੇ ਹੋ? ਉਹਨਾਂ ਮਜ਼ਦੂਰਾਂ ਨੇ ਕਿਹਾ ਕਿ ਕਬੀਰ ਜੀ, ਜੇ ਕੰਮ ਨਾ ਕੀਤਾ ਤਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿੰਝ ਕਰਾਂਗੇ? ਇਹ ਕੰਮ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ, ਅਸੀਂ ਇਹ ਕਮਾਈ ਕਰਕੇ ਘਰ ਲੈ ਕੇ ਜਾਵਾਂਗੇ, ਤਾਂ ਹੀ ਸਾਡੇ ਘਰ ਦੇ ਵਿੱਚ ਸ਼ਾਮ ਨੂੰ ਚੁੱਲ੍ਹਾ ਬਲੇਗਾ, ਤਾਂ ਹੀ ਸਾਡੇ ਬੱਚੇ ਰਾਤ ਨੂੰ ਭਰ ਪੇਟ ਰੋਟੀ ਖਾਣਗੇ, ਤਾਂ ਇਹ ਕੰਮ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਆ। ਕਬੀਰ ਜੀ ਨੇ ਕਿਹਾ ਵੀ ਅੱਛਾ, ਤੁਹਾਨੂੰ ਪੈਸੇ ਦੇ ਕਰਕੇ ਕੰਮ ਕਰਨਾ ਪੈ ਰਿਹਾ ਹੈ ਨਾ, ਤਾਂ ਜੇਕਰ ਉਹ ਪੈਸਾ ਮੈਂ ਤੁਹਾਨੂੰ ਦੇ ਦੇਵਾਂ ਤਾਂ ਤੁਸੀਂ ਮੇਰੇ ਲਈ ਇੱਥੇ ਛਾਵੇਂ ਬੈਠ ਕੇ ਕੰਮ ਕਰ ਲਓ। ਤਾਂ ਉਹ ਮਜ਼ਦੂਰ ਕਹਿਣ ਲੱਗੇ ਵੀ ਸਾਨੂੰ ਤਾਂ ਪੈਸੇ ਦੇ ਨਾਲ ਮਤਲਬ ਆ, ਅਸੀਂ ਤਾਂ ਸ਼ਾਮ ਨੂੰ ਦਿਹਾੜੀ ਲੈਣੀ ਆ, ਦਿਹਾੜੀ ਸਾਨੂੰ ਤੁਸੀਂ ਦੇ ਦਿਓ ਚਾਹੇ ਸਾਨੂੰ ਕੋਈ ਹੋਰ ਦੇਵੇ, ਸਾਨੂੰ ਦਿਹਾੜੀ ਦੇ ਨਾਲ ਮਤਲਬ ਆ, ਪੈਸੇ ਦੇ ਨਾਲ ਮਤਲਬ ਆ, ਜਿਸ ਪੈਸੇ ਦੇ ਨਾਲ ਸਾਡੇ ਪਰਿਵਾਰ ਦਾ ਪਾਲਣ ਪੋਸ਼ਣ ਹੋਣਾ ਹੈ, ਤੁਸੀਂ ਦੱਸ ਦਿਓ ਤੁਹਾਡਾ ਕਿਹੜਾ ਕੰਮ ਕਰਨਾ ਹੈ, ਆਪਾਂ ਉਹ ਕੰਮ ਕਰ ਦਿੰਦੇ ਹਾਂ। ਕਹਿੰਦੇ ਕਬੀਰ ਜੀ ਨੂੰ ਜਦੋਂ ਸੰਗਤਾਂ ਮਿਲਣ ਆਉਂਦੀਆਂ ਸਨ ਨਾ, ਉਹਨਾਂ ਦੇ ਲਈ ਬਹੁਤ ਮਹਿੰਗੀਆਂ ਭੇਟਾਵਾਂ ਲੈ ਕੇ ਆਉਂਦੀਆਂ ਸੀ, ਜਾਂ ਕਈ ਵਾਰ ਮਾਇਆ ਦਾ ਮੱਥਾ ਵੀ ਟੇਕ ਦਿੰਦੀਆਂ। ਕਬੀਰ ਜੀ ਨੂੰ ਮਾਇਆ ਦੇ ਨਾਲ ਮੋਹ ਨਹੀਂ ਸੀ, ਉਹ ਵਾਰ ਵਾਰ ਸੰਗਤਾਂ ਨੂੰ ਕਹਿੰਦੇ ਕਿ ਨਾ, ਤੁਸੀਂ ਇਹ ਕੰਮ ਨਾ ਕਰਿਆ ਕਰੋ। ਪਰ ਕਬੀਰ ਜੀ ਨੂੰ ਪਿਆਰ ਕਰਨ ਵਾਲੇ, ਉਹਨਾਂ ਦੇ ਲਈ ਪਿਆਰ ਜਿਤਾਉਣ ਦਾ ਤਰੀਕਾ ਹੀ ਇਹ ਸੀ ਕਿ ਕੋਈ ਨਾ ਕੋਈ ਭੇਟਾ ਲੈ ਕੇ ਆਉਣੀ ਜਾਂ ਮਾਇਆ ਭੇਟ ਕਰਨੀ। ਤਾਂ ਕਹਿੰਦੇ ਅੱਜ ਵੀ ਕਬੀਰ ਜੀ ਦੇ ਸਾਹਮਣੇ ਬਹੁਤ ਸਾਰੀ ਮਾਇਆ ਭੇਟ ਕੀਤੀ ਗਈ ਸੀ, ਤਾਂ ਕਬੀਰ ਜੀ ਨੇ ਉਹ ਮਾਇਆ ਦੇ ਵਿੱਚੋਂ ਉਹਨਾਂ ਨੂੰ ਮਜ਼ਦੂਰਾਂ ਨੂੰ ਮਾਇਆ ਦੇਣ ਦਾ ਫੈਸਲਾ ਕਰ ਲਿਆ ਵੀ ਇਹਨਾਂ ਪੈਸਿਆਂ ਦੇ ਵਿੱਚੋਂ ਇਹਨਾਂ ਮਜ਼ਦੂਰਾਂ ਨੂੰ ਪੈਸੇ ਦੇ ਦੇਵਾਂਗੇ, ਜਿੰਨੀ ਇਹਨਾਂ ਦੀ ਦਿਹਾੜੀ ਬਣਦੀ ਉੱਨੀ ਉੱਨੀ ਦੇ ਦੇਵਾਂਗੇ। ਕਬੀਰ ਜੀ ਨੇ ਕਿਹਾ ਵੀ ਚਲੋ ਠੀਕ ਆ, ਅੱਜ ਸ਼ਾਮ ਨੂੰ ਤੁਹਾਨੂੰ ਦਿਹਾੜੀ ਮੈਂ ਦੇਵਾਂਗਾ, ਇਸ ਕਰਕੇ ਤੁਸੀਂ ਮੇਰਾ ਦੱਸਿਆ ਕੰਮ ਕਰੋ। ਉਹਨਾਂ ਨੇ ਕਿਹਾ ਵੀ ਸਾਨੂੰ ਕੰਮ ਦੱਸੋ ਕੀ ਕਰਨਾ ਹੈ। ਕਬੀਰ ਜੀ ਨੇ ਕਿਹਾ ਕੰਮ ਬਹੁਤਾ ਔਖਾ ਨਹੀਂ ਆ, ਬਸ ਬੈਠ ਕੇ ਨਾਮ ਜਪਣਾ ਹੈ। ਤਾਂ ਉਹ ਕਹਿਣ ਲੱਗੇ ਵੀ ਇਹ ਕਿੱਡਾ ਔਖਾ ਕੰਮ ਆ, ਜਪ ਲਵਾਂਗੇ। ਕਬੀਰ ਜੀ ਨੇ ਉਹਨਾਂ ਨੂੰ ਅੰਦਰ ਸੋਹਣਾ ਆਸਣ ਵਿਛਾ ਕੇ ਬਿਠਾਇਆ, ਦੱਸਿਆ ਵੀ ਇਸ ਤਰ੍ਹਾਂ ਨਾਮ ਜਪਣਾ ਹੈ। ਕਹਿੰਦੇ ਉਹ 5-10-15 ਮਿੰਟ ਨਾਮ ਜਪਦੇ ਰਹੇ, 5-10 ਮਿੰਟਾਂ ਬਾਅਦ ਉਹਨਾਂ ਨੇ ਪਾਸੇ ਬਦਲਣੇ ਸ਼ੁਰੂ ਕਰ ਦਿੱਤੇ, ਉਹਨਾਂ ਨੂੰ ਤਾਂ ਬੜਾ ਔਖਾ ਲੱਗੇ। ਕਹਿੰਦੇ ਕਰਦਿਆਂ ਕਰਦਿਆਂ ਮਸਾਂ ਹੀ 1 ਘੰਟੇ ਤੱਕ ਉਹ ਬੈਠੇ, ਫਿਰ ਉੱਠ ਕੇ ਬਾਹਰ ਆ ਗਏ, ਕਹਿਣ ਲੱਗੇ ਕਿ ਕਬੀਰ ਜੀ ਨਹੀਂ, ਸਾਡੇ ਤੋਂ ਇਹ ਕੰਮ ਨਹੀਂ ਹੋਣਾ, ਸਾਨੂੰ ਪੱਥਰ ਤੋੜਨਾ ਮਨਜ਼ੂਰ ਆ, ਸਾਨੂੰ ਉਹ ਕੰਮ ਸੌਖਾ ਪਰ ਬੈਠ ਕੇ ਨਾਮ ਜਪਣਾ ਬਹੁਤ ਔਖਾ ਏ। ਕਬੀਰ ਜੀ ਬਹੁਤ ਹੈਰਾਨ ਹੋਏ ਕਿ ਧੁੱਪ ਦੇ ਵਿੱਚ ਪੱਥਰ ਤੋੜਨਾ ਇਹਨਾਂ ਨੂੰ ਸੌਖਾ ਲੱਗਦਾ ਏ ਅਤੇ ਬੈਠ ਕੇ ਨਾਮ ਜਪਣਾ ਔਖਾ, ਅਤੇ ਸਾਡੇ ਵੀ ਹਾਲਾਤ ਉਹਨਾਂ ਮਜ਼ਦੂਰਾਂ ਵਰਗੇ ਆ, ਅਸੀਂ ਵੀ ਦੁਨਿਆਵੀ ਕੰਮ ਧੰਦੇ ਕਰਨ ਦੇ ਲਈ ਦਿਨ ਭਰ ਬੈਠ ਜਾਂਦੇ ਹਾਂ, ਕਿਸੇ ਦੀ ਨਿੰਦਿਆ ਜੁਗਲੀ ਕਰਨੀ ਹੋਵੇ, ਕੋਈ ਵੀ ਦੁਨਿਆਵੀ ਗੱਲਾਂ ਬਾਤਾਂ ਕਰਨੀਆਂ ਹੋਣ, ਕੋਈ ਫਿਲਮ ਦੇਖਣੀ ਹੋਵੇ, ਨਾਟਕ ਦੇਖਣਾ ਹੋਵੇ, ਤਾਂ ਆਪਾਂ ਘੰਟਿਆਂ ਬੱਧੀ ਬੈਠ ਜਾਂਦੇ ਹਾਂ, ਪਰ ਜਦੋਂ ਨਾਮ ਜਪਣਾ ਏ ਉਦੋਂ ਕਹਿ ਦਿੰਦੇ ਹਾਂ ਕਿ ਨਾ, ਸਰੀਰ ਕੰਮ ਨਹੀਂ ਕਰਦਾ, ਇੰਨੀ ਦੇਰ ਤੱਕ ਬੈਠਿਆ ਨਹੀਂ ਜਾਂਦਾ, ਅਸੀਂ ਇਸ ਕਰਕੇ ਨਹੀਂ ਬੈਠਦੇ, ਚੌਂਕੜੀ ਨਹੀਂ ਵੱਜਦੀ। ਭਾਵ ਕਿ ਨਾਮ ਨਾ ਜਪਣ ਦੇ ਸਾਡੇ ਕੋਲ ਬਹੁਤ ਬਹਾਨੇ ਨੇ, ਪਰ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਵਾਰ ਵਾਰ ਸਮਝਾ ਰਹੇ ਆ ਕਿ ਨਾਮ ਤੋਂ ਬਿਨਾਂ ਬੇੜਾ ਪਾਰ ਨਹੀਂ ਲੰਘਣਾ, ਨਾਮ ਜਪਣਾ ਪੈਣਾ ਹੈ, ਜਪਣਾ ਪੈਣਾ ਹੈ, ਭਾਵੇਂ ਔਖੇ ਜਪੀਏ ਅਤੇ ਭਾਵੇਂ ਸੌਖੇ ਜਪੀਏ, ਮਨ ਲੱਗੇ ਚਾਹੇ ਨਾ ਲੱਗੇ, ਬੈਠਿਆ ਜਾਵੇ ਚਾਹੇ ਨਾ ਬੈਠਿਆ ਜਾਵੇ,
ਪਾਸੇ ਵੱਟਦੇ ਵੱਟਦੇ ਵੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ ਵਿੱਚ ਬੈਠੀਏ ਤਾਂ ਸਹੀ, ਸਤਿਗੁਰ ਸੱਚੇ ਪਾਤਸ਼ਾਹ ਆਪੇ ਕਿਰਪਾ ਕਰਨਗੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਸੁਖਮਨੀ ਸਾਹਿਬ ਜੀ ਦੀ ਬਾਣੀ ਬਾਰੇ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਰਾਹੀਂ ਸਾਨੂੰ ਬਹੁਤ ਬਖਸ਼ਿਸ਼ ਕੀਤੀ ਹੈ, ਸਾਡੀ ਝੋਲੀ ਦੇ ਵਿੱਚ ਬਹੁਤ ਵੱਡੀ ਦਾਤ ਪਾਈ ਆ। ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਅਸੀਂ ਹਰ ਪਾਸਿਓਂ ਸੁਖੀ ਹੁੰਦੇ ਹਾਂ, ਸਾਡੇ ਤਨ ਮਨ ਦੇ ਦੁੱਖ ਦੂਰ ਹੁੰਦੇ ਨੇ। ਜਿਸ ਘਰ ਦੇ ਵਿੱਚ ਕਹਿੰਦੇ ਘਰ ਦਾ ਕੋਈ ਇੱਕ ਜੀ ਵੀ ਰੋਜ਼ਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੋਵੇ ਨਾ, ਉਹ ਸਾਰੇ ਜੀਆਂ ਦਾ ਭਲਾ ਹੁੰਦਾ ਹੈ। ਵੈਸੇ ਤਾਂ ਹਰ ਇੱਕ ਜੀ ਨੂੰ ਆਪੋ ਆਪ ਦੇ ਲਈ ਕਰਨਾ ਚਾਹੀਦਾ ਹੈ, ਪਰ ਘਰ ਦੇ ਵਿੱਚ ਕੋਈ ਇੱਕ ਜਾਣਾ ਵੀ ਕਰਨਾ ਸ਼ੁਰੂ ਕਰ ਦੇਵੇ ਤਾਂ ਸ਼ੁਰੂਆਤ ਹੋ ਜਾਂਦੀ ਆ, ਮਾਲਕ ਦੀ ਕਿਰਪਾ ਉਸ ਘਰ ਦੇ ਉੱਤੇ ਹੋਣੀ ਸ਼ੁਰੂ ਹੋ ਜਾਂਦੀ ਆ। ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਾਕੀ ਸਾਰੇ ਜੀਵ ਵੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜ਼ਰੂਰ ਜੁੜਦੇ ਆ। ਤਾਂ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ। ਜੇਕਰ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਅੰਮ੍ਰਿਤ ਵੇਲੇ ਦੀ ਹਾਜ਼ਰੀ ਲਗਾ ਰਹੇ ਹਾਂ ਤਾਂ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ। ਜੇ ਪੂਰਾ ਪਾਠ ਨਹੀਂ ਕਰ ਸਕਦੇ ਤਾਂ ਮਹਾਂਪੁਰਖ ਜੀ ਕਹਿੰਦੇ ਰੋਜ਼ਾਨਾ ਦੀ ਇੱਕ ਅਸ਼ਟਪਦੀ ਦਾ ਪਾਠ ਤਾਂ ਆਪਾਂ ਕਰ ਸਕਦੇ ਹਾਂ ਨਾ, ਸਵੇਰ ਵੇਲੇ ਕਰ ਲਈਏ, ਜੇ ਸਵੇਰੇ ਸਮਾਂ ਨਹੀਂ ਮਿਲਿਆ ਤਾਂ ਦੁਪਹਿਰ ਵੇਲੇ ਕਰਨਾ ਸ਼ੁਰੂ ਕਰ ਦੇਈਏ, ਪਰ ਜਦੋਂ ਵੀ ਪਾਠ ਕਰਨਾ ਹੈ ਸੁਰਤ ਟਿਕਾ ਕੇ ਪੂਰੇ ਭਰੋਸੇ ਦੇ ਨਾਲ ਪੰਜਵੇਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣ ਕੇ। ਕਿਉਂਕਿ ਜਿੰਨੀ ਦੇਰ ਤੱਕ ਸਾਡਾ ਆਪਣੇ ਗੁਰੂ ਦੇ ਉੱਤੇ ਭਰੋਸਾ ਪੱਕਾ ਨਹੀਂ ਆ, ਉਨੀ ਦੇਰ ਤੱਕ ਨਾਮ ਜਪਣ ਦਾ ਵੀ ਸਾਨੂੰ ਕੋਈ ਫਾਇਦਾ ਨਹੀਂ ਆ। ਜਿੰਨਾ ਹੀ ਸਾਡੇ ਮਨ ਦੇ ਵਿੱਚ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਪ੍ਰਤੀ ਭਰੋਸਾ ਪੱਕਾ ਹੋਵੇਗਾ, ਸ਼ਰਧਾ ਪੂਰੀ ਹੋਵੇਗੀ, ਉਨਾ ਹੀ ਸਾਡਾ ਭਲਾ ਹੋਵੇਗਾ। ਤਾਂ ਜੇਕਰ ਦਿਨ ਦੇ ਵਿੱਚ ਇੱਕ ਪਾਠ ਆਪਾਂ ਪੂਰਾ ਨਹੀਂ ਕਰ ਸਕਦੇ ਤਾਂ ਸੁਖਮਨੀ ਸਾਹਿਬ ਜੀ ਦੇ ਪਾਠ ਨੂੰ ਆਪਾਂ ਕਈ ਭਾਗਾਂ ਦੇ ਵਿੱਚ ਵੰਡ ਕੇ ਕਰ ਸਕਦੇ ਹਾਂ। ਰੋਜ਼ਾਨਾ ਦੀਆਂ 4 ਅਸ਼ਟਪਦੀਆਂ ਕਰ ਸਕਦੇ ਹਾਂ, 6 ਕਰ ਸਕਦੇ ਹਾਂ, 8 ਕਰ ਸਕਦੇ ਹਾਂ। ਜੇ ਸਮਾਂ ਬਿਲਕੁਲ ਘੱਟ ਆ, ਭਾਵ ਕਿ ਤੁਹਾਡੇ ਕੰਮ ਧੰਦੇ ਇੱਦਾਂ ਦੇ ਨੇ, ਜ਼ਿੰਮੇਵਾਰੀਆਂ ਇੱਦਾਂ ਦੀਆਂ ਨੇ ਕਿ ਤੁਹਾਨੂੰ ਸਮਾਂ ਨਹੀਂ ਮਿਲਦਾ, ਤਾਂ ਰੋਜ਼ਾਨਾ ਦੀ ਇੱਕ ਅਸ਼ਟਪਦੀ ਹੀ ਪੜ੍ਹ ਲਈਏ, ਸਮਝ ਲਈਏ, ਤਾਂ ਵੀ ਸਾਡਾ ਭਲਾ ਹੋ ਜਾਵੇਗਾ। ਅਤੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨ ਦੇ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਆ। ਜਦੋਂ ਵੀ ਦਿਨ ਦੇ ਵਿੱਚ ਸਮਾਂ ਮਿਲਦਾ ਹੈ ਸਵੇਰ ਵੇਲੇ ਪਾਠ ਕਰ ਲਓ, ਦੁਪਹਿਰ ਵੇਲੇ ਕਰ ਲਓ, ਸ਼ਾਮ ਵੇਲੇ ਕਰ ਲਓ, ਰਾਤ ਵੇਲੇ ਕਰ ਲਓ, ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ। ਪਰ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ, ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਹੈ। ਅੰਮ੍ਰਿਤ ਵੇਲੇ ਉੱਠ ਕੇ ਭਾਵੇਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਲਈਏ, ਪਰ ਅੰਮ੍ਰਿਤ ਵੇਲੇ ਦੀ ਹਾਜ਼ਰੀ ਜ਼ਰੂਰ ਲੱਗਣੀ ਚਾਹੀਦੀ ਆ। ਸ਼ਾਮ ਦਾ ਨੇਮ ਵੀ ਰਹਿਰਾਸ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ। ਉਸ ਤੋਂ ਇਲਾਵਾ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਨਾ, ਸੁਖਮਨੀ ਸਾਹਿਬ ਜੀ ਦੇ ਪਾਠ ਦੇ ਲਈ ਸਮਾਂ ਜ਼ਰੂਰ ਕੱਢਣਾ ਹੈ। ਜਿੰਨਾ ਹੀ ਅਸੀਂ ਗੁਰੂ ਦੇ ਲੜ ਲੱਗਾਂਗੇ, ਗੁਰਬਾਣੀ ਦਾ ਗਿਆਨ ਹਾਸਲ ਕਰਾਂਗੇ, ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਵਾਂਗੇ, ਉਨਾ ਹੀ ਸਾਡਾ ਭਲਾ ਹੋਣਾ ਹੈ। ਫਿਰ ਆਓ ਅੱਜ ਤੋਂ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਆਰੰਭ ਕਰੀਏ। ਜੇ ਇੱਕ ਦਿਨ ਦੇ ਵਿੱਚ ਇੱਕ ਪਾਠ ਨਹੀਂ ਕਰ ਸਕਦੇ ਤਾਂ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਤੁਸੀਂ ਸੈੱਟ ਕਰ ਲਓ ਕਿ ਰੋਜ਼ਾਨਾ ਦੀਆਂ 8 ਅਸ਼ਟਪਦੀਆਂ ਦਾ ਪਾਠ ਕਰਨਾ ਹੈ, 16 ਦਾ ਕਰਨਾ ਹੈ, ਜਾਂ ਫਿਰ ਰੋਜ਼ਾਨਾ ਦੀ ਇੱਕ ਅਸ਼ਟਪਦੀ ਦਾ ਪਾਠ ਕਰਨਾ ਹੈ। ਇੱਕ ਦਾ ਵੀ ਕਰਾਂਗੇ ਤਾਂ ਵੀ 24 ਦਿਨਾਂ ਦੇ ਵਿੱਚ ਇੱਕ ਪਾਠ ਦਾ ਭੋਗ ਪਾ ਲਵਾਂਗੇ। ਜੇ ਇੱਕ ਅਸ਼ਟਪਦੀ ਦਾ ਪਾਠ ਕਰਨਾ ਸ਼ੁਰੂ ਕਰਨਾ ਹੈ ਤਾਂ ਬਸ ਫਿਰ ਬੜੇ ਹੀ ਪਿਆਰ ਦੇ ਨਾਲ, ਸਹਿਜ ਦੇ ਨਾਲ ਸਮਝ ਸਮਝ ਕੇ ਬਾਣੀ ਪੜ੍ਹਨੀ ਆ। ਕਿਉਂਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਲਈ ਬਹੁਤ ਵੱਡਾ ਗਿਆਨ ਛੁਪਿਆ ਹੈ। ਗੁਰੂ ਦਾ ਗਿਆਨ ਜਿਉਂ ਜਿਉਂ ਸਾਡੇ ਅੰਦਰ ਜਾਵੇਗਾ ਤਿਉਂ ਤਿਉਂ ਸਾਡੇ ਅੰਦਰ ਦੇ ਜਿਹੜੇ ਔਗਣ ਨੇ ਉਹ ਦੂਰ ਹੋਣਗੇ। ਤਾਂ ਆਓ ਫਿਰ ਆਪਾਂ ਵੀ ਰੋਜ਼ਾਨਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਆਪਣੇ ਸਵਾਸ ਸਵਾਸ ਨੂੰ ਲੇਖੇ ਲਾਈਏ,
ਆਪਣੀ ਜ਼ਿੰਦਗੀ ਦੇ ਜੋ ਵੀ ਦੁੱਖ ਨੇ ਨਾ ਉਹਨਾਂ ਨੂੰ ਦੂਰ ਕਰੀਏ, ਕਿਉਂਕਿ ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ ਨਾ ਇਹ ਦੁੱਖ ਦੁੱਖ ਲੱਗਣੇ ਹੀ ਨਹੀਂ ਆ, ਕਿਉਂਕਿ ਗੁਰੂ ਨੇ ਗਿਆਨ ਹੀ ਐਸਾ ਦਿੱਤਾ ਹੈ ਇਸ ਬਾਣੀ ਦੇ ਰਾਹੀਂ। ਤਾਂ ਆਓ ਅੱਜ ਤੋਂ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰੀਏ। ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ। ਪਰ ਜੇਕਰ ਵੀਡੀਓ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਕਰਦਿਆਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ, ਵਾਹਿਗੁਰੂ ਜੀ ਮਾਫ਼ ਕਰ ਦੇਣਾ। ਸੰਗਤ ਜੀ ਤੁਸੀਂ ਵੀ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੈਨੂੰ ਮਾਫ਼ ਕਰ ਦੇਣਾ।